ਸਸਤੇ ਕਰਜ਼ੇ ਦੀ ਉਮੀਦ ਲਗਾਈ ਬੈਠੇ ਕਰੋੜਾਂ ਭਾਰਤੀਆਂ ਲਈ ਰਿਜ਼ਰਵ ਬੈਂਕ ਤੋਂ ਵੱਡੀ ਖਬਰ ਆਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਨੀਤੀਗਤ ਦਰਾਂ ਯਾਨੀ ਰੈਪੋ ਰੇਟ 'ਚ ਬਦਲਾਅ ਦੇ ਸਵਾਲ 'ਤੇ ਦੋ ਟੁੱਕ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਮਹਿੰਗਾਈ ਦੇ ਮੱਦੇਨਜ਼ਰ ਫਿਲਹਾਲ ਰੈਪੋ ਰੇਟ 'ਚ ਬਦਲਾਅ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗਵਰਨਰ ਨੇ ਦੋ ਟੁੱਕ ਕਿਹਾ ਕਿ ਮਹਿੰਗਾਈ ਦੀ ਮੌਜੂਦਾ ਦਰ ਅਤੇ ਇਸ ਨੂੰ 4% 'ਤੇ ਲਿਆਉਣ ਦੇ ਟੀਚੇ ਵਿੱਚ ਅੰਤਰ ਦੇ ਮੱਦੇਨਜ਼ਰ ਨੀਤੀਗਤ ਦਰ ਦੇ ਰੂਪ 'ਚ ਬਦਲਣ ਵਾਲੇ ਸਵਾਲ ਦਾ ਫਿਲਹਾਲ ਕੋਈ ਮਤਲਬ ਨਹੀਂ ਹੈ। ਇੱਕ ਨਿੱਜੀ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ ਵਿੱਚ ਦਾਸ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਦਰ ਅਤੇ ਇਸ ਨੂੰ 4% ਤੱਕ ਲਿਆਉਣ ਦੇ ਟੀਚੇ ਵਿੱਚ ਅੰਤਰ ਦੇ ਮੱਦੇਨਜ਼ਰ ਨੀਤੀਗਤ ਦਰ ਵਿੱਚ ਬਦਲਾਅ ਸੰਭਵ ਨਹੀਂ ਹੈ। ਜਦੋਂ ਅਸੀਂ ਟਿਕਾਊ ਆਧਾਰ 'ਤੇ ਪ੍ਰਚੂਨ ਮਹਿੰਗਾਈ ਦਰ ਨੂੰ 4% 'ਤੇ ਲਿਆਉਣ ਵੱਲ ਵਧਾਂਗੇ ਤਾਂ ਹੀ ਸਾਨੂੰ ਰੁੱਖ ਵਿੱਚ ਬਦਲਾਅ ਦੇ ਬਾਰੇ ਵਿੱਚ ਸੋਚਣ ਦਾ ਭਰੋਸਾ ਮਿਲੇਗਾ। ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਮਹਿੰਗਾਈ ਦਰ 4% ਨਹੀਂ ਆ ਜਾਂਦੀ ਉਦੋਂ ਤੱਕ ਕਰਜ਼ੇ ਨੂੰ ਸਸਤਾ ਨਹੀਂ ਕੀਤਾ ਜਾਵੇਗਾ। ਗਵਰਨਰ ਦਾਸ ਨੇ ਕਿਹਾ ਕਿ ਮਹਿੰਗਾਈ ਨੂੰ ਟੀਚੇ ਦੇ ਮੁਤਾਬਕ ਲਿਆਉਣ ਦਾ ਕੰਮ ਉਮੀਦ ਮੁਤਾਬਕ ਅੱਗੇ ਵੱਧ ਰਿਹਾ ਹੈ, ਪਰ 4% ਦਾ ਟੀਚਾ ਆਖਰੀ ਪੜਾਅ ਹੈ ਜੋ ਆਸਾਨ ਨਹੀਂ ਹੈ। ਜੂਨ ਵਿੱਚ ਪੇਸ਼ ਕੀਤੀ ਗਈ 2 ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ RBI ਨੇ ਮੌਜੂਦਾ ਵਿੱਤੀ ਸਾਲ 24-25 ਵਿੱਚ ਖਪਤਕਾਰ ਮੁੱਲ ਸੂਚਾਂਕ ਦੇ ਆਧਾਰ 'ਤੇ ਮਹਿੰਗਾਈ ਦਰ 4.5% ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਪੂਰੇ ਵਿੱਤੀ ਸਾਲ ਵਿੱਚ ਸਸਤੇ ਕਰਜ਼ੇ ਦਾ ਤੋਹਫ਼ਾ ਨਹੀਂ ਮਿਲੇਗਾ। ਗਵਰਨਰ ਦਾਸ ਨੇ ਕਿਹਾ ਹੈ ਕਿ ਮਹਿੰਗਾਈ ਨੂੰ ਟੀਚੇ ਦੇ ਮੁਤਾਬਕ ਲਿਆਉਣ ਦਾ ਕੰਮ ਉਮੀਦ ਮੁਤਾਬਕ ਅੱਗੇ ਵੱਧ ਰਿਹਾ ਹੈ, ਪਰ 4% ਦਾ ਟੀਚਾ ਆਖਰੀ ਪੜਾਅ ਹੈ ਜੋ ਆਸਾਨ ਨਹੀਂ ਹੈ। RBI ਨੇ ਜੂਨ ਵਿੱਚ ਪੇਸ਼ ਕੀਤੀ ਗਈ 2 ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਮੌਜੂਦਾ ਵਿੱਤੀ ਸਾਲ 2024-25 ਵਿੱਚ ਉਪਭੋਗਤਾ ਮੁੱਲ ਸੂਚਾਂਕ ਆਧਾਰਿਤ ਮਹਿੰਗਾਈ ਦਰ ਵਿੱਚ ਸਾਲ 4.5% ਰਹਿਣ ਦਾ ਅਨੁਮਾਨ ਲਗਾਇਆ। ਇਸ ਕਾਰਨ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਪੂਰੇ ਵਿੱਤੀ ਸਾਲ ਵਿੱਚ ਸਸਤੇ ਕਰਜ਼ੇ ਦਾ ਤੋਹਫ਼ਾ ਨਹੀਂ ਮਿਲ ਸਕੇਗਾ।